نماز عشق مرشد میں مجھے بس ہوش ہے اتنا، یہ دیوانے کا سر ہے خیر کو سجدہ نہ ہو جائے۔ امیرے صابری جانا سنبھل کر کوئے جانا، میں محبت کی کمانت ہے علم نشرانہ ہو جائے۔ جڑا تن پیر نے راز دسیا سارے دے سامنے کھولن لگا، کوئی مولوی پہ جان گے اونے واسطے فرمو دے نے، خلیفہ تیرا اے آدم، سرکار رحیم یار خان ایک مرتبہ پیش کیتا، وہ دے بعد سانو توفیق نہیں ہوئی کلام، کیونکہ سختی بہت ہے، پڑھ لیندے نے واج قوالا، تو کہتے ہو تو کیدا بول رہا سی اوتے تلیاں ایتھے تا تہاڈی جتیاں دا صدقہ کرم ہے، لیکن رحیم یار خان اسی کلام نہیں پڑھ دے، کیونکہ مولوی تلاش چ ہوندے نے کہ یار اے کیڑا قوال سی، مان کے چوک پٹھانستان والا گوگا سی نہ لبے ہونا ساڈے نال، اے ہوندا سات کوٹھے ٹپ کے میں یار ویکھن گئی یار وی نہ لبیا پچھلی گئی، اس وجہ نال ڈر لگدا اے ایتھے اعتراض کھل کے بول رہے ہیں، خلیفہ تیرا اے Yeah.
ਤੁਹਾਡੇ ਸੱਚੇ ਨਾਲ ਇਹ ਵੀ ਸਮਝਣਗੇ ਤੀਹ ਰੁਪਏ ਨੂੰ ਤੇਰਾ ਗੌਰ ਕਰੋ ਉਹ ਫਰਮਾਉਂਦੇ ਨੇ ਕਿਸੇ ਨਾਲ ਦਾਣਿਓ ਰੁਸਿਆ ਕਿਸੇ ਨਾਲ ਸਾਡੇ ਬਾਬੇ ਨੇ ਦਾਣਾ ਖਾ ਲਿਆ ਰੁਸ ਗਿਆ ਕਿਸੇ ਨਾਲ ਦਾਣਿਓ ਰੁਸਿਆ ਕਿਸੇ ਨਾਲ ਸਜਦਿਓ ਵਿਗੜ ਕਿਸੇ ਨਾਲ ਦਾਣਿਓ ਰੁਸਿਆ ਕਿਸੇ ਨਾਲ ਸਜਦਿਓ ਵਿਗੜ ਆਸ਼ਕ ਕਹਿੰਦਾ ਹੈ ਬਣੀ ਉਹਦੀ ਵੀ ਕਿਸੇ ਨਾਲ ਨਹੀਂ ਇੱਕ ਨਾਲ ਤਾਂ ਬਣਾ ਲੈਂਦਾ ਕਹਿੰਦਾ ਕਿਸੇ ਨਾਲ ਕਿਸੇ ਨਾਲ ਦਾਣਿਓ ਰੁਸਿਆ ਕਿਸੇ ਨਾਲ ਸਜਦਿਓ ਵਿਗੜ ਜੇ ਕੋਈ ਪਾਬੰਦ ਤੇਰਾ ਹੈ ਜੇ ਕੋਈ ਪਾਬੰਦ ਤੇਰਾ ਹੈ ਤੇ ਨਾ ਫਰਮਾਨ ਕਿਸ ਦਾ ਹੈ ਜੇ ਕੋਈ ਪਾਬੰਦ ਤੇਰਾ ਹੈ ਤੇ ਨਾ ਫਰਮਾਨ ਕਿਸ ਦਾ ਹੈ ਜੇ ਕੋਈ ਪਾਬੰਦ ਤੇਰਾ ਹੈ ਤੇ ਨਾ ਫਰਮਾਨ ਕਿਸ ਦਾ ਹੈ ਜੇ ਕੋਈ ਪਾਬੰਦ ਤੇਰਾ ਹੈ ਤੇ ਨਾ ਫਰਮਾਨ ਕਿਸ ਦਾ ਹੈ ਕਿਸੇ ਨਾਲ ਦਾਣਿਓ ਰੁਸਿਆ ਛਾੜੀ ਗਿਆ ਜੀ ਇੱਕ ਨਾਤ ਹੋਰ ਹੋ ਜਾਂਦੀ ਨਾ ਇਹ ਪੂਰੀ ਦੱਤੀ ਆ ਜਾਂਦੀ
ਆਖਰੀ ਇਸ਼ਾਰ ਹੈ ਇਹ ਮੰਨਿਆ ਮੋਮਿਨਾ ਦੀ ਕੁੱਲੀ ਵਿੱਚ ਕੁੱਲ ਮਾਲ ਤੇਰਾ ਹੈ ਭਲਾ ਦੱਸ ਕਾਫਰਾਂ ਦੇ ਕੋਠ ਵੀ ਸਮਾਨ ਕਿਸਦਾ ਹੈ ਦਰਵੇਸ਼ ਕਹਿ ਵੀ ਜਾਂਦਾ ਲਕੋ ਵੀ ਜਾਂਦਾ ਹੁਣ ਦਰਵੇਸ਼ ਲਕੋਦਾ ਪਤਾ ਕਿੱਦਾਂ ਹੈ ਤੇਰੇ ਕੰਮਾਂ ਦੇ ਵਿੱਚ ਕਿਉਂ ਦਖਲ ਦਈਏ ਸਾਨੂੰ ਕੀ ਦਾਇਮ ਤੇਰੇ ਕੰਮਾਂ ਦੇ ਵਿੱਚ ਕਿਉਂ ਦਖਲ ਦਈਏ ਸਾਨੂੰ ਕੀ ਦਾਇਮ ਬਸ ਤਮਾਸ਼ਾ ਵੇਖਦਾ ਰੋ ਬੋਲੋ ਬੋਲੋ ਸਖੀਆ ਲਿਕਲੰਦਰ ਵਾਹ।